ਦੱਸੀ ਇਹਦਾ ਮਤਲਬ ਤਾਂ ਇਹਨੂੰ ਪੁੱਛ ਜਰਾ ਬੇਰੀ ਕੋ ਮਰ ਜਾਣੇ ਤੂੰ ਇਹਨੂੰ ਪੁੱਤ ਕਹੀ ਜਾਂਦਾ ਇਹ ਤੈਨੂੰ ਪੁੱਤ ਕਹੀ ਜਾਂਦਾ ਕੀ ਮਤਲਬ ਬਣਿਆ ਤੇ ਜ਼ਿਆਦਾ ਹੀ ਤਕਲੀਫ ਹੈ ਤੂੰ ਗੱਲ ਮਰ ਜਾਣੇ ਦੱਸ ਇਹਦਾ ਕੀ ਮਤਲਬ ਬਣਿਆ ਇਹਦਾ ਮਤਲਬ ਤੈਨੂੰ ਨਹੀਂ ਪਤਾ ਮੈਂ ਕਿਹਾ ਜੀ ਮੈਨੂੰ ਬਿਲਕੁਲ ਪਤਾ ਨਹੀਂ ਲੱਗਿਆ ਇਹਦਾ ਕੀ ਮਤਲਬ ਬਣਿਆ ਤੂੰ ਇਹਨੂੰ ਪੁੱਤ ਕਹੀ ਜਾਂਦਾ ਇਹ ਤੈਨੂੰ ਪੁੱਤ ਕਹੀ ਜਾਂਦਾ ਕੀ ਮਤਲਬ ਬਣਿਆ ਇਹਦਾ ਮਤਲਬ ਤਾਂ ਮੱਲਪੁਰ ਵਾਲੇ ਨੂੰ ਵੀ ਪਤਾ ਆ ਕਿਹੜੀ ਗੱਲ ਦਾ ਵੀ ਅਸੀਂ ਦੋਏ ਹਰਾਮ ਦੇ ਹੀ ਆ ਗੋਲੀ ਲੱਗਣੇ ਤੂੰ ਹੋਊਗਾ ਇਹਦੇ ਤਾਂ ਡੈਡੀ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਇਹਦਾ ਡੈਡੀ ਇਹਦੇ ਡੈਡੀ ਨੂੰ ਆਹ ਚੰਗੀ ਤਰ੍ਹਾਂ ਜਾਣਦੀ ਮੈਂ ਕਿਹਾ ਜੀ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੂੰ ਦੇ ਨਾਲ ਕਿਤੇ ਪੀਜੀਏ ਦਾਖਲ ਰਹੀ ਆ ਮਾਰ ਜਾਣੇ ਉੱਤੇ ਪਤਾ ਨਹੀਂ ਜੀ ਬੇਸ ਦੇ ਕਾਹਦੇ ਦੇ ਕੋਈ ਕਰਨ ਨੂੰ ਬਦਲੀ ਬਾਜਾ ਹਲੇ 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 ਮਾਰ ਜਾਣੇ ਇਹਦਾ ਡੈਡੀ 6-7 ਫੁੱਟ ਲੰਮਾ ਜਵਾਨ ਆ ਇਹ ਇਹਦਾ ਡੈਡੀ ਹਾਂਜੀ ਉਹ ਵੀ 6-7 ਫੁੱਟ ਲੰਮਾ ਜਵਾਨ ਇਹਦਾ ਡੈਡੀ 6-7 ਫੁੱਟ ਲੰਮਾ ਜਵਾਨ ਆ ਇਹ ਮੈਂ ਨਹੀਂ ਮੰਨਦਾ ਵੇ ਤੂੰ ਕਿਉਂ ਨਹੀਂ ਮੰਨਦਾ ਤੇ ਮੈਂ ਨਹੀਂ ਮੰਨਦਾ ਮੈਂ ਕਿਹਾ ਤੁਸੀਂ ਕਿਹੜੀ ਗੱਲ ਨਹੀਂ ਮੰਨਦੇ ਮੈਨੂੰ ਤਾਂ ਟੀਕੇ ਦਾ ਲੱਗਦਾ ਆ ਮਰ ਜਾਣੇ ਆਪਣੇ ਡੈਡੀ ਦਾ ਹੀ ਆਏ ਹੋਰ ਤੇਰਾ ਵੀ ਡੈਡੀ ਹੈਗਾ ਹੋਰ ਮਰ ਜਾਣੇ ਕੋਠੇ ਤੇ ਲੈ ਗਿਆ ਓਏ ਗੱਲ ਸੁਣ ਮੇਰੀ ਹਾਂ ਕਾਕਾ ਸੀ ਤੈਨੂੰ ਬੁਲਾਇਆ ਇੱਥੇ ਤਾਂ ਆਦੇ ਲਈ ਤੂੰ ਇੱਥੇ ਬੀਬੀਆਂ ਆਇਆ 5-7 ਦੇ ਬਾਬਿਆਂ ਦੇ ਮੇਲੇ ਚ ਬਈ ਜੋ ਉਹਨਾਂ ਦੇ ਕੱਪੜੇ ਨਾਲ ਕੱਪੜਾ ਨਹੀਂ ਰਲਦਾ ਤੋਰ ਨਾਲ ਤੋਰ ਨਹੀਂ ਰਲਦੀ ਕੀ ਗਿਆ ਉਹ ਗਾਇਰ ਦੇਸ਼ ਤੋਂ ਆਇਆ ਉਹਨਾਂ ਦਾ ਆਪਾਂ ਪਤਾ ਕਰਨਾ ਕਿ ਕੀ ਗੱਲ ਆਈਆਂ ਦਾਦੇ ਦੇ ਦਰਬਾਰ ਦੇ ਵਿੱਚ ਅੱਛਾ ਕਿਹੜੀ ਗੱਲ ਆਈਆਂ ਇੱਥੇ ਮਨ ਕੇ ਆਪਣੀ ਬਾਦੀ ਬਦਲ ਕੇ ਆ ਜਿੱਦਾਂ ਆਪਣੇ ਡੈਡੀ ਦੇ ਵਿਆਹ ਵਿੱਚ ਬਣਿਆ ਸੀ ਇਹ ਡੈਡੀ ਦੇ ਵਿਆਹ 'ਚ ਪਤਾ ਕੱਲ ਲਈ ਸੋਹਣਾ ਬਣਿਆ ਸੀ ਮੈਂ ਕਿਹਾ ਜੀ ਤੁਸੀਂ ਡੈਡੀ ਦੇ ਵਿਆਹ ਵਿੱਚ ਕੱਲ ਲਈ ਸੋਹਣੇ ਬਣੇ ਸੀਗੇ ਉਦੋਂ ਤੁਸੀਂ ਵੀ ਆਪਣੀ ਬੁੱਢੀ ਦੀ ਡੋਲੀ ਨਵੇਂ ਸ਼ਰਟ ਤੋਂ ਦੋਸ਼ ਚੱਲ ਬਾਦੀ ਬਦਲ ਕੇ ਆ ਲੈ ਮੈਂ ਸੋਹਣਾ ਬਣ ਗਿਆ ਤਾਂ ਜਾਨਾਂ ਦੇ ਘਰ ਵਿੱਚ ਸ਼ੇਰ ਕਹਿ ਦੇ ਜਾਨੂੰ ਤੂੰ ਬਾਦੀ ਬਦਲ ਜਾਨੂੰ ਮੈਂ ਘਰ ਵਿੱਚ ਸ਼ੇਰ ਕਹਿੰਦੀ ਆ ਮੈਂ ਕਿਹਾ ਜੀ ਦਿਲ ਵਿੱਚ ਤਾਰ ਇਸ਼ਕ ਦੀ ਵੱਜਦੀ ਦਿਲ ਵਿੱਚ ਤਾਰ ਇਸ਼ਕ ਦੀ ਵੱਜਦੀ ਨਾਲੇ ਵੱਜਦੀ ਖੱਜਰੀਏ ਅਸਾਂ ਨੱਚ ਕੇ ਯਾਰ ਬਣਾ ਲੈਣਾ ਭਾਵੇਂ ਲੋਕ ਕਹਿਣ ਪੈੜੀ ਖੱਜਰੀਏ ਲੋਕ ਸਾਨੂੰ ਭਾਵੇਂ ਖੰਜਰ ਸੱਦੀ ਜਾਣ ਜੀ ਅਸੀਂ ਤਾਂ ਆਪਣੇ ਯਾਰ ਨੂੰ ਬਣਾਉਣ ਵਾਸਤੇ ਬਾਣਾ ਪਾਇਆ ਸੀਗਾ ਜਿੱਦਾਂ ਬੁੱਲੇ ਸ਼ਾਹ ਨੇ ਪਾਇਆ ਸੀ ਬੇਰੀ ਕੋ ਏ ਹਾ ਮਰ ਜਣੇ ਵਰਦੀ ਬਦਲ ਨੂੰ ਦੇਰ ਬੜੀ ਲਾਈ ਮਗਰ ਤੇਰਾ ਚਾਚਾ ਪ੍ਰੈਸ ਕਰਦਾ ਚੱਲ ਪ੍ਰੈਸ ਕਿਤੇ ਗੋਲੀ ਲੱਗਣੇ ਬੰਗੀਆਂ ਤੋਂ ਕਰਾਣਗੇ ਆ ਛੇਤੀ ਆ ਵੇ ਹੁਣ ਤਾਂ ਤੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਸੱਚੀ ਸੋਹਣਾ ਲੱਗਦਾ ਮੈਂ ਕਹਿੰਦੀ ਬੜੇ ਸੁਰੱਖੇ ਲੱਗਦੇ ਬੜੇ ਸਮਾਰਟ ਲੱਗਦੇ ਬੜੇ ਸੋਹਣੇ ਲੱਗਦੇ ਹੋ ਅੱਜ ਤੇਰੀ ਮਾਂ ਦਾ ਖਸਮ ਲੱਗਦਾ ਬੋਟ ਟਕੜੇ ਜਾ ਕੇ ਆਪਣੀ ਜੇ ਲੱਗੀ ਜਾ ਤੇ ਕੀ ਹੋਇਆ ਅੱਜ ਕਦਨ ਮੈਨੂੰ ਡੈਡੀ ਕਹਿ ਦੂਗੀ ਮੈਂ ਕਹਿੰਦੀ ਕੋਲ ਡੈਡੀ ਗੱਲ ਕਰਨਾ ਆ ਨਵੇਂ ਸ਼ਹਿਰ ਜਾ ਕੇ ਤੈਨੂੰ ਚੂਪੇ ਲੈ ਦੂ ਗੋਲੀ ਲੱਗਣੇ 10 ਰੁਪਏ ਦੀਆਂ ਟੋਪੀਆਂ ਲੈ ਕੇ ਤੈਨੂੰ ਡੈਡੀ ਬਣਾਣਾ ਹੈ ਮੈਂ ਕਹਾਂ ਭਾਈ ਸਾਹਿਬ ਉਹ ਇਹਨੂੰ ਕੱਲੀ ਕੱਲੀ ਚੱਕ ਲਿਆ ਮੈਂ ਕੱਲੀ ਕੱਲੀ ਪਛਾਣ ਲੈ ਮੈਂ ਕਾਕਾ ਬੁਲਾਉਣ ਲੱਗਾ ਲੈ ਆ ਲੈ ਆ ਹੋ ਗਿਆ ਚੰਗੀ ਤਰ੍ਹਾਂ ਮੈਂ ਕਿਹਾ ਮੇਰੀ ਗੱਲ ਸੁਣ ਮਾਜਣ ਮੇਰੇ ਸਰਦਾਰ ਬਿਲਕੁਲ ਪਸੰਦ
पसंद नहीं है। दूजी बुलाओ लगा ਲਿਬੜੀਆਂ ਵੀ ਚੱਲਦੀਆਂ ਚੱਲ ਖੁੱਟੇ